ਸ੍ਰੀਕਾਲ ਜੀ ਬੇਬੇ ਤੰਗ ਤਾਂ ਬਹੁਤ ਕਰਦੀ ਹੋਣੀ ਕਹਿ ਕਹਿ ਕੇ ਵੀ ਛੱਡ ਦੇ ਫੋਨ ਕੁਛ ਨਹੀਂ ਮਿਲਣਾ ਫੇਸਬੁੱਕ ਫੂਸਬੁੱਕ 'ਚੋਂ ਹੈ ਨਾ ਪਰ ਆਪਾਂ ਕਿੱਥੇ ਮੰਨਦੇ ਹਾਂ ਹੁਣ ਤਾਂ ਵੈਸੇ ਹੀ ਠੰਡ ਆ ਗਈ ਹੈ ਆਪਾਂ ਲੈ ਲੈਣਾ ਕੰਬਲ ਸਿਰ 'ਤੇ ਫਿਰ ਲੱਗੇ ਰਹਿਣਾ ਫੇਸਬੁੱਕ 'ਤੇ ਪਰ ਦੇਖੋ ਜਿਨ੍ਹਾਂ ਨੇ ਕੰਮ ਕਰਨਾ ਹੁੰਦਾ ਅਤੇ ਉਹਨੂੰ ਐਂ ਲੱਗਦਾ ਵੀ ਫੇਸਬੁੱਕ ਟਵਿੱਟਰ ਸਨੈਪਚੈਟ ਹੈ ਮੈਨੂੰ ਬਹੁਤ ਤੰਗ ਕਰ ਰਹੀ ਹੈ ਉਹ ਕੋਈ ਨਾ ਕੋਈ ਜੁਗਾੜ ਕੱਢ ਹੀ ਲੈਂਦੇ ਨੇ ਅਤੇ ਜੁਗਾੜ ਕੱਢਣ ਵਾਲੇ ਦੁਨੀਆਂ 'ਚ ਕਿਤੇ ਵੀ ਹੋਣ ਹੁੰਦੇ ਭਾਰਤੀ ਨੇ ਮੈਂ ਦੇਖ ਲਿਆ ਸੋ ਇੱਕ ਐਸੇ ਭਾਰਤੀ ਦੀ ਗੱਲ ਕਰ ਰਿਹਾ ਅੱਜ ਜਿਹੜਾ ਰਹਿੰਦਾ ਅਮਰੀਕਾ 'ਚ ਹੈ ਪਰ ਉਹਨੇ ਕੀਤਾ ਕੀ ਕਿ ਫੇਸਬੁੱਕ ਨੂੰ ਘਟਾਉਣ ਲਈ ਉਹਨੇ ਕਿਆ ਜੁਗਾੜ ਲਾਇਆ ਸੋ ਮਨੀਸ਼ ਸੇਠੀ ਜੀ ਇਹ ਨੇ ਓਨਰ ਇੱਕ ਕੰਪਨੀ ਜਿਹਦਾ ਨਾਮ ਹੈ ਪੈਵਲੋਗ ਇਹਨਾਂ ਦਾ ਆਪਣਾ ਡਿਵਾਈਸ ਹੈ ਅਤੇ ਉਹਦੇ ਓਨਰ ਨੇ ਇਹਨਾਂ ਨੇ ਇੱਕ ਕੁੜੀ ਨੂੰ ਨੌਕਰੀ ਦਿੱਤੀ ਕਹਿੰਦੇ ਤੈਨੂੰ ਮੈਂ $8 ਪਰ ਘੰਟਾ ਦਊਂਗਾ ਤੂੰ ਕਰਨਾ ਕੁਛ ਨਹੀਂ ਮੇਰੇ ਨਾਲ ਬਹਿਣਾ ਮੇਰੀ ਸਕਰੀਨਾਂ ਦੇਖਣੀਆਂ ਚਾਹੇ ਲੈਪਟੋਪ ਚਾਹੇ ਫੋਨ ਕੁਛ ਵੀ ਅਤੇ ਜੇ ਤੂੰ ਦੇਖ ਲਿਆ ਉੱਤੇ ਫੇਸਬੁੱਕ ਖੁੱਲ੍ਹਿਆ ਮੇਰੇ ਮੂੰਹ 'ਤੇ ਲਾਉਣਾ ਤੂੰ ਇੱਕ ਚਾਂਟਾ ਹੈ ਕਮਾਲ ਕੇ ਨਹੀਂ ਵੈਸੇ ਤਾਂ ਗੱਲ ਇਹ ਹੈਗੀ ਹੈ 2012 ਦੀ ਪਰ ਚਰਚਾ ਵਿੱਚ ਆਈ ਹੈ ਹੁਣ ਕਿਉਂਕਿ ਐਲੋਨ ਮਸਕ ਟੈਸਲਾ ਦੇ ਫਾਊਂਡਰ ਉਹਨਾਂ ਨੇ ਇਸ ਟਵੀਟ 'ਤੇ ਕੁਛ ਕਮੈਂਟ ਕੀਤੇ ਸੋ ਚਰਚਾ 'ਚ ਬੜੀ ਆਈ ਅਤੇ ਵਾਇਰਲ ਹੋ ਗਏ ਨੇ ਜਨਾਬ ਅਤੇ ਫਿਰ ਆਪਾਂ ਜਨਾਬ ਦਾ ਜਾ ਕੇ ਬਲੌਗ ਲੱਭਿਆ ਬਾਈ ਜੀ ਕਹਿੰਦੇ ਕਿ ਝੂਠ ਨਹੀਂ ਹੈ ਇਹਦਾ ਮੈਨੂੰ ਬੜਾ ਫਾਇਦਾ ਹੋਇਆ $8 ਪਰ ਘੰਟਾ ਦੇ ਕੇ ਮੇਰੀ ਕਮਾਈ ਵੱਧ ਗਈ ਉਹ ਕਿਵੇਂ ਉਹ ਇਸ ਤਰ੍ਹਾਂ ਕਿ ਕਹਿੰਦੇ ਕਿ ਫੇਸਬੁੱਕ ਜਦੋਂ ਮੈਂ ਚਲਾਉਂਦਾ ਸੀ ਬਹੁਤ ਜ਼ਿਆਦਾ 2012 ਤੱਕ ਮੇਰੀ ਜਿਹੜੀ ਦਿਨ ਦੀ ਪ੍ਰੋਡਕਟੀਵਿਟੀ ਸੀ ਉਹ ਸਿਰਫ ਸੀਗੀ 35-40%, ਯਾਨੀ ਕਿ ਮੈਂ ਉਨਾ ਕੀ ਕੰਮ ਕਰਦਾ ਸੀ ਉਸ ਤੋਂ ਵੱਧ ਨਹੀਂ ਪਰ ਜਦ ਦੀ ਆ ਕੁੜੀ ਜਿਹਦਾ ਨਾਮ ਸੀ ਕਾਰਾ ਜਦ ਵੀ ਮੇਰੇ ਨਾਲ ਬੈਠਣ ਲੱਗੀ ਮੇਰੀ ਪ੍ਰੋਡਕਟੀਵਿਟੀ 98% ਦੇ ਨੇੜੇ ਤੇੜੇ ਪਹੁੰਚ ਗਈ ਯਾਨੀ ਕਿ ਆਲਮੋਸਟ 3 ਗੁਣਾ ਹੀ ਹੋ ਗਈ ਮਤਲਬ ਹੈ ਕਮਾਲ ਕੇ ਨਹੀਂ ਅਤੇ ਕਾਰਾ ਨੇ ਕਿਹਾ ਕਾਰਾ ਕੀਤਾ ਕਿ ਉਹ ਕੁੜੀ ਵੀ ਐਵੇਂ ਸੀ ਉਹ ਸੱਚੀ ਥੱਪੜ ਮਾਰਦੀ ਸੀ ਬਾਈ ਕਹਿੰਦਾ ਸੱਚੀ ਜ਼ੋਰ ਦੀ ਥੱਪੜ ਮਾਰਦੀ ਸੀ ਅਤੇ ਮੈਂ ਇੱਕ ਵਾਰ ਤਾਂ ਡਰ ਹੀ ਜਾਂਦਾ ਸੀ ਕਿ ਯਾਰ ਛੱਡਣਾ ਹੀ ਪੈਣਾ ਸੋ ਜੇ ਬੇਬੇ ਕੋਲ ਨਹੀਂ ਹੈਗੀ ਅਗਲੇ ਨੇ ਇੱਕ ਬੀਬੀ ਤਾਂ ਨਾਲ ਰੱਖ ਹੀ ਲਈ ਵੀ ਯਾਦ ਦਿਲਾਈ ਜਾਵੇ ਬੇਬੇ ਗੱਲ ਸਹੀ ਕਹਿੰਦੀ ਸੀ ਵੀ ਜੇ ਕੰਮ ਕੁੰਮ ਕਰਨਾ ਜ਼ਿੰਦਗੀ 'ਚ ਕੁਛ ਕਰਨਾ ਪੈਸਾ ਪੂਆ ਕਮਾਉਣਾ ਤਾਂ ਇਹ ਛੱਡਦੇ ਫੋਨ ਨੂੰ ਆਪਣੀ ਮਾਂ ਨੂੰ ਜਿਵੇਂ ਮੇਰੀ ਮੰਮੀ ਕਹਿੰਦੀ ਹੁੰਦੀ ਹੈ ਸੋ ਤੁਹਾਡੀ ਵੀ ਕਹਿੰਦੀ ਹੋਣੀ ਸੋ ਗੱਲ ਉਹਦੀ ਮੰਨ ਲਓ ਐਵੇਂ ਪੈਸੇ ਦੇ ਕੇ ਕਿਸੇ ਨੂੰ ਰੱਖੋਗੇ ਕੀ ਫਾਇਦਾ ਵੈਸੇ ਤਾਂ ਮੈਂ ਤੁਹਾਨੂੰ ਦੱਸਾਂ ਜਿਵੇਂ ਦੇ ਆਪਾਂ ਪੰਜਾਬੀ ਤਾਂ ਹੈਗੇ ਹਾਂ ਯਾਰ ਦੋਸਤੀ ਕਾਫੀ ਨੇ ਯਾਰ ਦੋਸਤਾਂ ਨੂੰ ਇਹ ਗੱਲ ਕਹਿ ਦਿਓ ਉਹਨੇ ਤਾਂ ਥੱਪੜਾ ਹੀ ਮਾਰੀ ਜਾਣੇ ਨੇ ਹੈ ਨਾ ਸਾਡੇ ਵਰਗੇ ਹੁੰਦੇ ਨੇ ਐਵੇਂ ਸੋ ਪੈਸਾ ਵੀ ਬਚਾਓ ਅਤੇ ਪੈਸਾ ਹੋਰ ਕਮਾਓ ਕੋਈ ਵਧੀਆ ਪਾਸੇ ਲੱਗੋ ਕੰਮ ਕੁੰਮ ਕਰੋ ਆਹ ਤਾਂ ਇੱਕ ਤਾਂ ਫੇਸਬੁੱਕ ਦੀ ਗੱਲ ਹੈ ਕਿਉਂਕਿ 2012 ਦੀ ਇਸ ਵੇਲੇ ਤਾਂ ਫੇਸਬੁੱਕ ਇੰਸਟਾਗ੍ਰਾਮ ਸਨੈਪਚੈਟ ਟਵਿੱਟਰ ਵਟਸਐਪ ਹੁਣ ਤਾਂ ਹੋਰ ਨਵੀਂ ਚੀਜ਼ਾਂ ਕੂਕ ਆ ਪਤਾ ਨਹੀਂ ਕਿਆ ਕੁਛ ਆ ਗਿਆ ਸੋ ਬਚ ਲਓ ਬਈ ਪੜ੍ਹਾਈ ਲਿਖਾਈ ਕਰੋ ਆਪਣਾ ਕਾਰੋਬਾਰ ਕਾਰੋਬਾਰ ਸਾਂਭੋ ਥੋੜ੍ਹਾ ਘਾਟੇ 'ਤੇ ਸਮਾਂ ਬਿਤਾਓ ਕਿਉਂਕਿ ਦੇਣਾ ਇਹਨਾਂ ਨੇ ਕੁਛ ਨਹੀਂ ਫੇਸਬੁੱਕ 'ਤੇ ਤੁਹਾਨੂੰ ਵੀ ਪਤਾ ਉਹੀ ਫੇਸਬੁੱਕ ਇੰਸਟਾਗ੍ਰਾਮ 'ਤੇ ਆਪਾਂ ਦੇਖੀ ਜਾਂਦੇ ਹਾਂ ਵੀਡੀਓਆਂ ਫੋਟੋਆਂ ਜਿਨ੍ਹਾਂ ਦਾ ਕੋਈ ਮਤਲਬ ਤਾਂ ਹੈ ਨਹੀਂ ਐਂ ਐਂਟਰਟੇਨਮੈਂਟ ਬੇਕਾਰ ਜਿਹੀ ਹੈਗੀ ਹੈ ਸੋ ਸਮਾਂ ਵਧੀਆ ਪਾਸੇ ਲਾਓ ਕਿਤੇ ਮਨੀਸ਼ ਸੇਠੀ ਨਾ ਬਣ ਜਿਓ ਐਵੇਂ ਚਟਾ ਕੇ ਖਾਣੇ ਪੈਣਗੇ ਹੈ ਕਿ ਨਹੀਂ ਤੁਸੀਂ ਦੇਖਦੇ ਰਹੋ ਪੰਜਾਬ ਟੂਡੇ।